ਨਹੀਂ ਆਉਂਦੀ, ਪਹਿਲਾਂ ਸੁਰਿੰਦਰ ਸਾਈ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦਿਓ, ਜੇ ਕੁਛ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਕਰ ਦਿਓ। ਇਹ ਚੰਗੀ ਪਬਲਿਸਿਟੀ ਹੈ ਲੋਕਾਂ ਦੀ ਯਾਰ, ਜੇ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਬੋਲੋ ਕਿਸੇ ਨੂੰ ਯਾਰ। ਇੱਦਾਂ ਕਿ ਤੁਸੀਂ ਚਾਰ ਵਿਊਆਂ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ, ਠੀਕ ਹੈ ਜੇ ਬਦਨਾਮ ਵੀ ਕਰ ਰਹੇ ਹੋ ਤਾਂ ਆਪਣਾ ਆਪਸ ਵਿੱਚ ਕਰੋ, ਲੋਕਾਂ ਦੇ ਸਾਹਮਣੇ। ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਾਕਰਪੁਰ ਕਿ ਹਾਂ ਉੱਥੇ ਜਾਓ ਸਾਡੀ ਮਨੋਕਾਮਨਾ ਪੂਰੀਆਂ ਹੋਣਗੀਆਂ, ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਧਾ ਹੈਗੀ ਉਹ ਜਾਂਦੇ ਨੇ, ਅਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ ਨਹੀਂ ਆਉਂਦੀ। ਪਹਿਲਾਂ ਸੁਰਿੰਦਰ ਸਾਈ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦਿਓ, ਜੇ ਕੁਛ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਕਰ ਦਿਓ। ਇਹ ਚੰਗੀ ਪਬਲਿਸਿਟੀ ਹੈ ਲੋਕਾਂ ਦੀ ਯਾਰ, ਜੇ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਬੋਲੋ ਕਿਸੇ ਨੂੰ ਯਾਰ। ਇੱਦਾਂ ਕਿ ਤੁਸੀਂ ਚਾਰ ਵਿਊਆਂ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ, ਠੀਕ ਹੈ ਜੇ ਬਦਨਾਮ ਵੀ ਕਰ ਰਹੇ ਹੋ ਤਾਂ ਆਪਣਾ ਆਪਸ ਵਿੱਚ ਕਰੋ, ਲੋਕਾਂ ਦੇ ਸਾਹਮਣੇ। ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਾਕਰਪੁਰ ਕਿ ਹਾਂ ਉੱਥੇ ਜਾਓ ਸਾਡੀ ਮਨੋਕਾਮਨਾ ਪੂਰੀਆਂ ਹੋਣਗੀਆਂ, ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਧਾ ਹੈਗੀ ਉਹ ਜਾਂਦੇ ਨੇ, ਅਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ ਨਹੀਂ ਆਉਂਦੀ। ਪਹਿਲਾਂ ਸੁਰਿੰਦਰ ਸਾਈ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦਿਓ, ਜੇ ਕੁਛ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਕਰ ਦਿਓ। ਇਹ ਚੰਗੀ ਪਬਲਿਸਿਟੀ ਹੈ ਲੋਕਾਂ ਦੀ ਯਾਰ, ਜੇ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਬੋਲੋ ਕਿਸੇ ਨੂੰ ਯਾਰ। ਇੱਦਾਂ ਕਿ ਤੁਸੀਂ ਚਾਰ ਵਿਊਆਂ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ, ਠੀਕ ਹੈ ਜੇ ਬਦਨਾਮ ਵੀ ਕਰ ਰਹੇ ਹੋ ਤਾਂ ਆਪਣਾ ਆਪਸ ਵਿੱਚ ਕਰੋ, ਲੋਕਾਂ ਦੇ ਸਾਹਮਣੇ। ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਾਕਰਪੁਰ ਕਿ ਹਾਂ ਉੱਥੇ ਜਾਓ ਸਾਡੀ ਮਨੋਕਾਮਨਾ ਪੂਰੀਆਂ ਹੋਣਗੀਆਂ, ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਧਾ ਹੈਗੀ ਉਹ ਜਾਂਦੇ ਨੇ, ਅਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ ਨਹੀਂ ਆਉਂਦੀ। ਪਹਿਲਾਂ ਸੁਰਿੰਦਰ ਸਾਈ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦਿਓ, ਜੇ ਕੁਛ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਕਰ ਦਿਓ। ਇਹ ਚੰਗੀ ਪਬਲਿਸਿਟੀ ਹੈ ਲੋਕਾਂ ਦੀ ਯਾਰ, ਜੇ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਬੋਲੋ ਕਿਸੇ ਨੂੰ ਯਾਰ। ਇੱਦਾਂ ਕਿ ਤੁਸੀਂ ਚਾਰ ਵਿਊਆਂ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ, ਠੀਕ ਹੈ ਜੇ ਬਦਨਾਮ ਵੀ ਕਰ ਰਹੇ ਹੋ ਤਾਂ ਆਪਣਾ ਆਪਸ ਵਿੱਚ ਕਰੋ, ਲੋਕਾਂ ਦੇ ਸਾਹਮਣੇ। ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਾਕਰਪੁਰ ਕਿ ਹਾਂ ਉੱਥੇ ਜਾਓ ਸਾਡੀ ਮਨੋਕਾਮਨਾ ਪੂਰੀਆਂ ਹੋਣਗੀਆਂ, ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਧਾ ਹੈਗੀ ਉਹ ਜਾਂਦੇ ਨੇ, ਅਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ ਨਹੀਂ ਆਉਂਦੀ। ਪਹਿਲਾਂ ਸੁਰਿੰਦਰ ਸਾਈ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦਿਓ, ਜੇ ਕੁਛ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਕਰ ਦਿਓ। ਇਹ ਚੰਗੀ ਪਬਲਿਸਿਟੀ ਹੈ ਲੋਕਾਂ ਦੀ ਯਾਰ, ਜੇ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਬੋਲੋ ਕਿਸੇ ਨੂੰ ਯਾਰ। ਇੱਦਾਂ ਕਿ ਤੁਸੀਂ ਚਾਰ ਵਿਊਆਂ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ, ਠੀਕ ਹੈ ਜੇ ਬਦਨਾਮ ਵੀ ਕਰ ਰਹੇ ਹੋ ਤਾਂ ਆਪਣਾ ਆਪਸ ਵਿੱਚ ਕਰੋ, ਲੋਕਾਂ ਦੇ ਸਾਹਮਣੇ। ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਾਕਰਪੁਰ ਕਿ ਹਾਂ ਉੱਥੇ ਜਾਓ ਸਾਡੀ ਮਨੋਕਾਮਨਾ ਪੂਰੀਆਂ ਹੋਣਗੀਆਂ, ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਧਾ ਹੈਗੀ ਉਹ ਜਾਂਦੇ ਨੇ, ਅਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ ਨਹੀਂ ਆਉਂਦੀ। ਪਹਿਲਾਂ ਸੁਰਿੰਦਰ ਸਾਈ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦਿਓ, ਜੇ ਕੁਛ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਕਰ ਦਿਓ। ਇਹ ਚੰਗੀ ਪਬਲਿਸਿਟੀ ਹੈ ਲੋਕਾਂ ਦੀ ਯਾਰ, ਜੇ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਬੋਲੋ ਕਿਸੇ ਨੂੰ ਯਾਰ। ਇੱਦਾਂ ਕਿ ਤੁਸੀਂ ਚਾਰ ਵਿਊਆਂ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ, ਠੀਕ ਹੈ ਜੇ ਬਦਨਾਮ ਵੀ ਕਰ ਰਹੇ ਹੋ ਤਾਂ ਆਪਣਾ ਆਪਸ ਵਿੱਚ ਕਰੋ, ਲੋਕਾਂ ਦੇ ਸਾਹਮਣੇ। ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਾਕਰਪੁਰ ਕਿ ਹਾਂ ਉੱਥੇ ਜਾਓ ਸਾਡੀ ਮਨੋਕਾਮਨਾ ਪੂਰੀਆਂ ਹੋਣਗੀਆਂ, ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਧਾ ਹੈਗੀ ਉਹ ਜਾਂਦੇ ਨੇ, ਅਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।